ਜਿੱਥੇ ਪੰਜਾਬ ਚ 31 ਮਾਰਚ ਤੱਕ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਨੇ, ਸਿਰਫ ਰਾਸ਼ਨ ਸਬਜ਼ੀ ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ, ਕੋਈ ਵੀ ਸ਼ਹਿਰ ਤੋਂ ਬਾਹਰ ਨਹੀਂ ਜਾ ਸਕੇਗਾ। ਸੂਬੇ ਦੇ ਵਿੱਚ 31 ਮਾਰਚ ਤੱਕ ਬੱਸਾਂ, ਟੈਕਸੀਜ਼ ਤੇ ਆਟੋਜ਼ ਦੀ ਆਵਾਜਾਈ ਤੇ ਰੋਕ ਹੋਏਗੀ। ਕਿਸੇ ਵੀ ਤਰ੍ਹਾਂ ਦੇ ਸਮਾਗਮ ਤੇ ਪਾਬੰਦੀ ਹੋਏਗੀ, ਲੋਕਾਂ ਦੇ ਇਕੱਠ ਹੋਣ ਤੇ ਰੋਕ ਹੋਏਗੀ। ਸੋ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ ਵਿੱਚ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ, ਤੇ ਲੋਕਡਾਊਨ 1 ਜਾਂ 2 ਦਿਨ ਦਾ ਨਹੀਂ, 31 ਮਾਰਚ ਤੱਕ ਦੇ ਲਈ ਲੋਕਡਾਊਨ ਦਾ ਐਲਾਨ ਕੀਤਾ ਗਿਆ ਤੇ ਇਸ ਦੌਰਾਨ ਸਿਰਫ ਰਾਸ਼ਨ ਦਵਾਈਆਂ ਦੀ ਦੁਕਾਨਾਂ ਖੁੱਲੀਆਂ ਰਹਿਣਗੀਆਂ ਜੋ ਕਿ ਅਹਿਮ ਜ਼ਰੂਰਤਾਂ ਨੇ। ਸੋ ਇਹ ਅਹਿਮ ਜ਼ਰੂਰੀ ਦੁਕਾਨਾਂ ਜੋ ਨੇ, ਰਾਸ਼ਨ ਸਬਜ਼ੀ ਦਵਾਈਆਂ ਦੀਆਂ ਦੁਕਾਨਾਂ ਨੇ, ਉਹ ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਤਮਾਮ ਦੁਕਾਨਾਂ, ਤਮਾਮ ਮੌਲ, ਤਮਾਮ ਚੀਜ਼ਾਂ ਬੰਦ ਰਹਿਣਗੀਆਂ। ਪਬਲਿਕ ਟਰਾਂਸਪੋਰਟ ਵੀ ਬੰਦ ਰਹਿਣਗੇ, ਸ਼ਹਿਰ ਤੋਂ ਕੋਈ ਬਾਹਰ ਨਹੀਂ ਜਾ ਸਕੇਗਾ। 31 ਮਾਰਚ ਤੱਕ ਟੈਕਸੀ, ਬੱਸਾਂ, ਆਟੋ ਦੀ ਸੇਵਾ ਤੇ ਵੀ ਪਾਬੰਦੀ ਹੋਏਗੀ। ਸੋ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਚੰਡੀਗੜ੍ਹ ਦੇ ਵਿੱਚ 6 ਮਾਮਲੇ, ਸੂਬੇ ਦੀ ਰਾਜਧਾਨੀ ਹੈ, 6 ਮਾਮਲੇ ਚੰਡੀਗੜ੍ਹ ਚੋਂ ਸਾਹਮਣੇ ਆ ਚੁੱਕੇ ਨੇ। ਪੰਜਾਬ ਚੋਂ 13 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਇਸ ਤੇ ਸਾਡੇ ਸਹਿਯੋਗੀ ਤਪਨ ਮਲਹੋਤਰਾ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ, ਸਿੱਧੇ ਉਹਨਾਂ ਦਾ ਰੁਖ ਕਰਾਂਗੇ। ਤਪਨ, ਪੰਜਾਬ ਦੇ ਵਿੱਚ ਲਗਾਤਾਰ ਮਾਮਲਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਸੀ ਤੇ ਵੱਧਦੀ ਗਿਣਤੀ ਨੂੰ ਲੈ ਕੇ ਇਹ ਅਹਿਮ ਕਦਮ ਜੋ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ, ਸਰਕਾਰ ਦਾ ਇਹ ਅਹਿਮ ਫੈਸਲਾ, 31 ਮਾਰਚ ਤੱਕ ਦੇ ਲਈ ਲੋਕਡਾਊਨ ਕਰ ਦਿੱਤਾ ਗਿਆ, ਕੀ ਇਸਦਾ ਅਸਰ ਪਏਗਾ? ਜੀ ਬਿਲਕੁਲ, ਕਾਫੀ ਚਿੰਤਾਜਨਕ ਜਿਹੜੇ ਹਾਲਾਤ ਪੰਜਾਬ ਦੇ ਬਣੇ ਪਏ ਸੀਗੇ। ਲੇਕਿਨ ਇਸ ਵਕਤ ਜਿਹੜਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਪੰਜਾਬ ਪੂਰੀ ਤਰ੍ਹਾਂ ਬੰਦ ਦੀ ਘੋਸ਼ਣਾ ਕਰਤੀ ਗਈ ਹੈ ਤੇ ਇਸ ਵਕਤ ਜਿਹੜਾ ਹੈਗਾ ਕਰਿਆਨੇ ਦੀਆਂ ਦੁਕਾਨਾਂ ਤੇ ਜਿਹੜੇ ਦੁੱਧ, ਸਬਜ਼ੀ, ਕੁਛ ਇਸ ਤਰ੍ਹਾਂ ਦੀਆਂ ਕੁਛ ਦੁਕਾਨਾਂ ਨੇ, ਜਿਹੜੀ ਗਰੋਸਰੀਜ਼ ਨੇ, ਰਾਸ਼ਨ ਦੀਆਂ ਦੁਕਾਨਾਂ, ਸਿਰਫ ਉਹੀ ਖੁੱਲੀਆਂ ਰਹਿਣਗੀਆਂ, ਬਾਕੀ ਸਾਰਾ ਪੂਰਨ ਰੂਪ ਨਾਲ ਜਿਹੜਾ ਬੰਦ ਰਹੇਗਾ। ਕਿਉਂਕਿ ਜਿਹੜੇ ਹਾਲਾਤ ਸੀਗੇ ਉਹ ਕਾਫੀ ਚਿੰਤਾਜਨਕ ਬਣੇ ਪਏ ਸੀਗੇ ਤੇ ਬਾਰ ਬਾਰ ਜਿਹੜਾ ਹੈਗਾ ਕਿ ਜਿਹੜੇ ਵਿਦੇਸ਼ਾਂ ਤੋਂ ਲੋਕ ਆ ਰਹੇ ਸੀਗੇ ਉਹ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਮਿਲ ਰਹੇ ਸੀ, ਜਿਹਦੇ ਕਾਰਨ ਇਹ ਵੱਧ ਰਹੀ ਸੀਗੀ ਸਮੱਸਿਆ, ਮਹਾਮਾਰੀ ਦੀ ਸਮੱਸਿਆ ਦੇ ਉੱਪਰ ਰੋਕ ਪਾਉਣ ਲਈ ਹੁਣ ਸਰਕਾਰ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਤੇ ਹੁਣ ਪੂਰਨ ਰੂਪ ਨਾਲ ਜਿਹੜਾ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ ਤਾਂ ਕਿ ਜਿਹੜਾ ਹੈਗਾ ਇਹ ਹਾਲਾਤਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ। ਕਿਉਂਕਿ ਹੁਣ ਤੱਕ ਦਾ ਜਿਹੜਾ ਅੰਕੜਾ ਦੇਖਿਆ ਜਾਏ ਉਹ 13 ਦਾ ਅੰਕੜਾ ਪਹੁੰਚਿਆ ਹੋਇਆ ਤੇ ਫਿਲਹਾਲ ਪੂਰਨ ਰੂਪ ਨਾਲ ਪੰਜਾਬ ਬੰਦ ਹੈ ਤੇ ਅਸੀਂ ਵੀ ਲੋਕਾਂ ਨੂੰ ਜ਼ਰੂਰ ਕਵਾਂਗੇ ਕਿ ਉਹ ਆਪਣੇ ਘਰਾਂ 'ਚ ਬੈਠਣ, ਕਿਉਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ 31 ਮਾਰਚ ਤੱਕ ਜਿਹੜਾ ਹੈਗਾ ਉਹ ਬੰਦ ਦਾ ਐਲਾਨ ਕਰਤਾ ਗਿਆ ਤਾਂ ਕਿ ਲੋਕ ਹੁਣ ਘਰੇ ਬੈਠਣਗੇ ਤਾਂ ਹੀ ਬਚਾਅ ਹੋ ਸਕਦਾ। ਕਿਉਂਕਿ ਅਗਰ ਲੋਕ ਹਜੇ ਵੀ ਨਹੀਂ ਮੰਨਣਗੇ ਤਾਂ ਫਿਰ ਵੱਡਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਸਕਦਾ ਤੇ ਫਿਲਹਾਲ ਪੰਜਾਬ ਪੂਰਨ ਰੂਪ ਨਾਲ 31 ਮਾਰਚ ਤੱਕ ਬੰਦ ਦਾ ਐਲਾਨ ਕਰਤਾ ਗਿਆ। ਜੀ ਅਮ੍ਰਿਤਾ ਜੀ, ਤਪਨ, ਸਰਕਾਰ ਵੱਲੋਂ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਤੇ ਸਰਕਾਰ ਦਾ ਇਹ ਜੋ ਫੈਸਲਾ ਹੈ ਇਸ ਦੀ ਪਾਲਣਾ ਕਰਨਾ ਹਰ ਇੱਕ ਦੇ ਲਈ ਲਾਜ਼ਮੀ ਵੀ ਹੈ ਤੇ ਹੋਣਾ ਵੀ ਚਾਹੀਦਾ, ਕਿਉਂਕਿ ਹਰ ਇੱਕ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ। ਪਰ ਕਿਤੇ ਨਾ ਕਿਤੇ 1 ਦਿਨ ਦੇ ਲਈ ਜੋ ਜਨਤਾ ਕਰਫਿਊ ਸੀ, ਉਸ ਤੋਂ ਬਾਅਦ ਹੁਣ 31 ਮਾਰਚ ਤੱਕ ਦੇ ਲਈ ਲੋਕਡਾਊਨ ਦਾ ਐਲਾਨ, ਜਨਤਾ ਪ੍ਰਿਪੇਅਰ ਸੀ ਸਰਕਾਰ ਦੇ ਇਸ ਫੈਸਲੇ ਦੇ ਲਈ, ਸਮਰਥਨ ਸਰਕਾਰ ਨੂੰ ਮਿਲ ਰਿਹਾ? ਜੀ ਬਿਲਕੁਲ, ਅਗਰ ਗੱਲ ਕੀਤੀ ਜਾਏ ਲੋਕਾਂ ਦਾ ਜਿਹੜਾ ਸਮਰਥਨ ਸਰਕਾਰ ਨੂੰ ਮਿਲਦਾ ਪਿਆ, ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਜਿਹੜਾ ਹੈਗਾ ਕਿ ਲੋਕਡਾਊਨ ਕੀਤਾ ਸੀਗਾ, ਕਿਹਾ ਸੀਗਾ ਜਨਤਾ ਕਰਫਿਊ, ਯਾਨੀ ਕਿ ਜਨਤਾ ਆਪ ਆਪਣੇ ਘਰਾਂ ਦੇ ਵਿੱਚ ਬੈਠੇ। ਲੇਕਿਨ ਫਿਲਹਾਲ ਜਿਹੜੇ ਸਵਾਲ ਹੁਣ ਉੱਠ ਰਹੇ ਸੀਗੇ ਕਿ ਅਗਰ ਅੱਜ ਬੰਦ ਹੈਗਾ ਤੇ ਅੱਜ ਤੇ ਕੱਲ੍ਹ ਦਾ ਕੀ ਬਣੂਗਾ, ਤੇ ਉਹੀ ਸਵਾਲ ਹੁਣ ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ
31 ਮਾਰਚ ਤੱਕ ਜਿਹੜਾ ਪੂਰਨ ਰੂਪ ਨਾਲ ਪੰਜਾਬ ਨੂੰ ਬੰਦ ਕਰਤਾ ਤੇ ਫਿਲਹਾਲ ਲੋਕਾਂ ਦਾ ਸਮਰਥਨ ਮਿਲ ਰਿਹਾ ਕਿਉਂਕਿ ਲੋਕ ਜਿਹੜੀਆਂ ਤਸਵੀਰਾਂ ਵੀਡੀਓਜ਼ ਦੇਖ ਚੁੱਕੇ ਨੇ ਭਾਵੇਂ ਇਟਲੀ ਦੀਆਂ ਹੋਣ ਭਾਵੇਂ ਚਾਈਨਾ ਤੋਂ ਵੀਡੀਓਜ਼ ਆਈਆਂ ਸੀਗੀਆਂ ਤੇ ਫਿਲਹਾਲ ਉਹ ਵੀਡੀਓਜ਼ ਨੂੰ ਦੇਖਦੇ ਹੋਏ ਲੋਕ ਵੀ ਪੂਰੇ ਇਸ ਵਕਤ ਸਤਰਕ ਨੇ, ਘਰਾਂ 'ਚ ਬੈਠੇ ਨੇ ਆਪਣੇ ਬੱਚਿਆਂ ਦੇ ਨਾਲ ਤੇ ਸਾਰੇ ਨਾਲ ਤੇ ਫਿਲਹਾਲ 31 ਮਾਰਚ ਤੱਕ ਕਿਹਾ ਜਾ ਸਕਦਾ ਕਿ ਜਿਹੜਾ ਕੱਲ ਸਵੇਰੇ 6 ਜਾਣੇ ਦਾ ਅੰਕੜਾ ਸੀਗਾ ਉਹ ਸ਼ਾਮ ਤੱਕ 13 ਪਹੁੰਚਿਆ, ਲੇਕਿਨ ਕੱਲ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਅਗਰ ਸਥਿਤੀ ਦੇਖੀ ਜਾਏ ਤਾਂ ਪੂਰੀ ਕੰਟਰੋਲ ਦੇ ਵਿੱਚ ਆ। ਲਗਭਗ 18 ਘੰਟਿਆਂ ਤੋਂ ਜਾਂ 17 ਘੰਟਿਆਂ ਤੋਂ ਹਜੇ ਮਾਮਲਾ ਕੋਈ ਸਾਹਮਣੇ ਨਹੀਂ ਆਇਆ, ਯਾਨੀ ਕਿ ਕੰਟਰੋਲ ਹੈਗਾ। ਅਗਰ ਸਤਰਕਤਾ ਵਰਤੀ ਜਾਏਗੀ ਤਾਂ ਯਾਨੀ ਕਿ ਇਹਦੇ ਉੱਪਰ ਕਾਬੂ ਪਾਇਆ ਜਾ ਸਕਦਾ, ਲੋਕ ਆਪ ਹੀ ਆਪਣੀ ਲੜਾਈ ਲੜ ਕੇ ਜਿੱਤ ਸਕਦੇ, ਕਿਉਂਕਿ ਪ੍ਰਧਾਨ ਮੰਤਰੀ ਭਾਵੇਂ ਮੁੱਖ ਮੰਤਰੀ ਹੁਣ ਉਹ ਸਾਫ਼ ਕਰ ਚੁੱਕੇ ਨੇ ਕਿ ਅਗਰ ਅਸੀਂ ਇਹਤਿਆਤ ਵਰਤਾਂਗੇ ਇਹਦੀ ਦਵਾਈ ਹਜੇ ਨਹੀਂ ਹੈਗੀ, ਜੇ ਅਸੀਂ ਆਪ ਹੀ ਘਰਾਂ ਦੇ ਵਿੱਚ ਬੈਠ ਜਾਵਾਂਗੇ ਤੇ ਇਹ ਜਿਹੜੀ ਏਡੀ ਵੱਡੀ ਜਿਹਨੂੰ ਦੇਸ਼ ਦਾ ਸਭ ਤੋਂ ਵੱਡਾ ਡਿਜ਼ਾਸਟਰ ਕਿਹਾ ਜਾ ਰਿਹਾ, ਪੂਰੀ ਦੁਨੀਆ ਇਹਨੂੰ ਮਹਾਮਾਰੀ ਸਭ ਤੋਂ ਵੱਡੀ ਮਹਾਮਾਰੀ, ਪਹਿਲੇ ਵਿਸ਼ਵ ਯੁੱਧ ਵੀ ਇੰਨਾ ਨੁਕਸਾਨ ਨਹੀਂ ਹੋਇਆ ਸੀ ਜਿੰਨਾ ਇਹ ਮਹਾਮਾਰੀ ਦੇ ਕਾਰਨ ਹੋਇਆ, ਤੇ ਉਹਦੇ ਉੱਪਰ ਲੋਕ ਆਪ ਕੰਟਰੋਲ ਪਾ ਸਕਦੇ ਨੇ। ਲੇਕਿਨ ਪੰਜਾਬ ਦੇ ਵਿੱਚ ਜੋ ਅਸੀਂ ਇਸ ਵਕਤ ਦੇਖ ਰਹੇ ਹਾਂ ਕਿ ਲੋਕ ਸਤਰਕ ਨੇ, ਸਰਕਾਰ ਦਾ ਸਾਥ ਦੇ ਰਹੇ ਨੇ, ਯਾਨੀ ਕਿ ਲੋਕ ਜਿੱਤ ਸਕਦੇ ਨੇ। ਜੀ ਅਮ੍ਰਿਤਾ ਜੀ, ਲੋਕ ਸਤਰਕ ਨੇ, ਸਰਕਾਰ ਦਾ ਸਾਥ ਦੇ ਰਹੇ ਨੇ, ਬਿਲਕੁਲ ਇਸੇ ਹੀ ਗੱਲ ਹੈ। ਤਪਨ ਜਿਸ ਤਰ੍ਹਾਂ ਦੀ ਸਪਲਾਈ ਦੀ ਗੱਲ ਕੀਤੀ ਜਾਏ ਤਾਂ ਲਗਾਤਾਰ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਜੋ ਸਪਲਾਈ ਹੈ ਜ਼ਰੂਰੀ ਚੀਜ਼ਾਂ ਦੀ ਉਹ ਨਹੀਂ ਰੁਕੇਗੀ, ਸੂਬੇ ਦੇ ਵਿੱਚ ਉਹ ਮੁਹੱਈਆ ਕਰਾਈ ਜਾਏਗੀ, ਤੇ ਹੁਣ ਵੀ ਲੋਕਡਾਊਨ ਹੈ ਭਾਵੇਂ, ਪਰ ਉਸ ਤੋਂ ਇਲਾਵਾ ਜੋ ਦਵਾਈਆਂ ਨੇ, ਸਬਜ਼ੀਆਂ ਨੇ, ਤਮਾਮ ਜੋ ਨੈਸੈਸਿਟੀਜ਼ ਨੇ ਉਹਨਾਂ ਤੱਕ ਪਹੁੰਚ ਰਹੇਗੀ। ਕਿ ਜਨਤਾ ਇਸ ਨੂੰ ਲੈ ਕੇ ਅਸ਼ਵਸਤ ਨਜ਼ਰ ਆਉਂਦੀ ਹੈ ਕਿ ਉਹਨਾਂ ਤੱਕ ਇਹ ਸਮਾਨ ਪਹੁੰਚਦਾ ਰਹੇਗਾ ਜਾਂ ਫਿਰ ਇੱਕ ਅਫਰਾ ਤਫਰੀ ਜਾਂ ਇੱਕ ਸਹਿਮ ਦਾ ਮਾਹੌਲ ਨਜ਼ਰ ਆ ਰਿਹਾ ਕਿਤੇ ਨਾ ਕਿਤੇ? ਜੀ ਬਿਲਕੁਲ, ਜਿਵੇਂ ਕਿ 2 ਦਿਨ ਤੋਂ ਪਹਿਲਾਂ ਹੀ ਜਿਹੜਾ ਇਹ ਸਾਹਮਣੇ ਆ ਰਿਹਾ ਸੀਗਾ ਕਿ ਇੱਦਾਂ ਦੇ ਹਾਲਾਤ ਬਣ ਸਕਦੇ ਨੇ ਕਿ ਲੋਕਡਾਊਨ ਹੋ ਸਕਦਾ, ਬੰਦ ਹੋ ਸਕਦਾ, ਤੇ ਲੋਕਾਂ ਨੇ, ਅਸੀਂ ਭੀੜ ਭਾੜ ਵਾਲੀਆਂ ਤਸਵੀਰਾਂ ਵੀ ਦੇਖੀਆਂ ਤੇ ਲੋਕਾਂ ਨੂੰ ਦਿਖਾਈਆਂ ਕਿ ਇੱਦਾਂ ਦੀ ਜਿਹੜੀ ਨਹੀਂ ਸਥਿਤੀ ਬਣਾਉਣੀ ਚਾਹੀਦੀ ਕਿ ਲੇਕਿਨ ਲੋਕਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਸੀਗਾ ਕਿ ਸ਼ੱਕ ਕਿ ਇਸ ਤਰ੍ਹਾਂ ਦੀ ਸਥਿਤੀ ਆ ਸਕਦੀ, ਕਿਉਂਕਿ ਲੋਕ ਇਟਲੀ ਤੇ ਚਾਈਨਾ ਦੀਆਂ ਤਸਵੀਰਾਂ, ਪੂਰੇ ਵਿਸ਼ਵ ਦੀਆਂ ਤਸਵੀਰਾਂ ਦੇਖ ਰਹੇ ਸੀ। ਲੋਕਾਂ ਨੂੰ ਸੀਗਾ ਕਿ ਇਸ ਤਰ੍ਹਾਂ ਸਥਿਤੀ ਬਣ ਸਕਦੀ, ਲੋਕਾਂ ਨੇ ਪਹਿਲੇ ਹੀ ਆਪਣੇ ਘਰਾਂ ਦੇ ਵਿੱਚ ਭਾਵੇਂ ਰਾਸ਼ਨ ਹੋਏ, ਪਾਣੀ ਹੋਏ, ਉਹ ਸਾਰੇ ਜਿਹੜੇ ਹੈਗੇ ਨੇ ਉਹ ਆਪਣੇ ਘਰ ਦੇ ਵਿੱਚ ਬੰਦੋਬਸਤ ਕਰ ਲਏ ਸੀਗੇ, ਤੇ ਫਿਲਹਾਲ ਜਦੋਂ ਇਹ ਲੋਕਡਾਊਨ ਦੀ ਸਥਿਤੀ ਆਈ ਤਾਂ ਲੋਕ ਜ਼ਰੂਰ ਜਿਹੜੀ ਕਰਿਆਨੇ ਦੀਆਂ ਦੁਕਾਨਾਂ ਨੇ ਆਪਣੀ ਗਰੋਸਰੀ ਪੂਰੀ ਕਰ ਰਹੇ ਨੇ ਕਿ 10-15 ਦਿਨ ਬਾਅਦ ਕੀ ਪੋਜੀਸ਼ਨ ਬਣਦੀ ਹੈ, ਉਹਦੇ ਅਕੋਰਡਿੰਗਲੀ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਸਮਾਨ ਰੱਖਿਆ ਹੋਇਆ, ਤੇ ਫਿਲਹਾਲ ਕਿਹਾ ਜਾ ਸਕਦਾ ਕਿ ਲੋਕ ਪੂਰੇ ਸਤਰਕ ਆਪਣੇ ਆਪ ਨੇ, ਕਿਉਂਕਿ ਸਰਕਾਰ ਕਹਿ ਰਹੀ ਕਿ ਇਕੱਲਾ ਸਰਕਾਰ ਦੇ ਉੱਪਰ ਵੀ ਡਿਪੈਂਡ ਨਹੀਂ ਰਹਿਣਾ ਚਾਹੀਦਾ ਲੋਕਾਂ ਨੂੰ, ਉਹਨਾਂ ਨੂੰ ਆਪਣਾ ਅਹਿਤਿਆਤ ਵਰਤਣਾ ਚਾਹੀਦਾ, ਕਿਉਂਕਿ ਅਗਰ ਮਹਾਮਾਰੀ ਫੈਲਦੀ ਹੈ ਤੇ ਸਰਕਾਰ ਦੇ ਵੀ ਹੱਥ ਖੜੇ ਹੋ ਸਕਦੇ, ਕਿਉਂਕਿ ਇਟਲੀ ਅਗਰ ਦੇਖਿਆ ਜਾਏ ਹੈਲਥ ਦੇ ਸਿਸਟਮ ਦੇ ਵਿੱਚ ਤਾਂ ਉਸ ਤੋਂ ਵੱਡਾ ਕੋਈ ਨਹੀਂ ਹੈਗਾ, ਲੇਕਿਨ ਉਸ ਅਗਰ ਇਟਲੀ ਇਸ ਮਾਮਲੇ ਦੇ ਵਿੱਚ ਹਾਰਦਾ ਨਜ਼ਰ ਆਇਆ ਸਾਹਮਣੇ ਆਇਆ ਤੇ ਭਾਰਤ ਜਿਹੜਾ ਹੈਗਾ ਜਾਂ ਪੰਜਾਬ ਜਿਹੜਾ ਹੈਗਾ ਅਸੀਂ ਹਰੇ ਕਾਫੀ ਪਿੱਛੇ ਹੈਗੇ ਹਾਂ, ਤੇ ਸਰਕਾਰ ਜਿਹੜੀ ਹੈਗੀ ਹੈ ਉਹ ਪੂਰੀ ਸਤਰਕ ਹੈ ਤੇ ਬਾਰ ਬਾਰ ਇਹੀ ਕਹਿ ਰਹੀ ਹੈ ਕਿ ਇਹਦਾ ਇਲਾਜ ਨਹੀਂ ਹੈਗਾ, ਤੇ ਲੋਕਾਂ ਨੂੰ ਆਪ ਸਤਰਕਤਾ ਵਰਤਦੇ ਹੋਏ ਆਪਣੇ ਘਰਾਂ ਦੇ ਵਿੱਚ ਬੈਠਣਾ ਚਾਹੀਦਾ। ਤੇ ਫਿਲਹਾਲ ਲੋਕਾਂ ਨੂੰ ਪੂਰੀ ਉਮੀਦ ਵੀ ਹੈ ਕਿ ਉਹ ਆਪ ਜਿਹੜਾ ਹੈਗਾ ਸਰਕਾਰ ਤੇ ਡਿਪੈਂਡੈਂਟ ਨਹੀਂ ਹੈਗੇ, ਕਿਉਂਕਿ ਸਰਕਾਰ ਬਾਰ ਬਾਰ ਕਹਿ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਲੋਕਾਂ ਨੂੰ ਆਪ ਸਤਰਕ ਹੋ ਕੇ ਆਪਣੇ ਘਰਾਂ ਦੇ ਵਿੱਚ ਬੈਠਣਾ ਚਾਹੀਦਾ, ਤੇ ਜੋ ਆਪਣੀ ਗਰੋਸਰੀਜ਼ ਨੇ ਉਹ ਲੋਕ ਲਗਭਗ ਪੂਰੀਆਂ ਕਰ ਰਹੇ ਨੇ, ਤੇ ਫਿਲਹਾਲ ਇਹ ਕਿਹਾ ਜਾ ਸਕਦਾ 31 ਮਾਰਚ ਤੱਕ ਇਸੇ ਤਰ੍ਹਾਂ ਲੋਕ ਅਗਰ ਸਮਰਥਨ ਦਿੰਦੇ ਰਹਿਣਗੇ ਤੇ ਇਹਦੇ ਮਹਾਮਾਰੀ ਦੇ ਉੱਪਰ ਕਾਬੂ ਪਾਇਆ ਜਾ ਸਕਦਾ। ਜੀ ਅਮ੍ਰਿਤਾ ਜੀ ਬਿਲਕੁਲ, ਤਪਨ ਇੱਕ ਅਹਿਮ ਫੈਸਲਾ ਹੈ ਪੰਜਾਬ ਦੇ ਲਈ ਤੇ ਆਉਣ ਵਾਲੀ 31 ਤਰੀਕ ਤੱਕ ਇਹ ਫੈਸਲਾ ਜੋ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕੀ ਕੁਝ ਹੋਰ ਜੋ ਰਣਨੀਤੀ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਇਸ ਵੇਲੇ ਸੂਬੇ ਦੇ ਵਿੱਚ ਨੇ ਉਹਨਾਂ ਦੇ ਨਾਲ ਨਜਿੱਠਿਆ ਜਾ ਸਕੇ, ਜਾਂ ਜਿਨ੍ਹਾਂ ਦੇ ਵਧਣ ਦੀ ਹੋਰ ਗਿਣਤੀ ਦੀ ਸੰਭਾਵਨਾ ਲੱਗ ਰਹੀ ਹੈ ਉਸ ਨਾਲ ਨਜਿੱਠਿਆ ਜਾ ਸਕੇ? ਕੀ ਕੁਝ ਤਿਆਰੀਆਂ ਸਰ ਕੈਬਨਿਟ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ?
ਬਹਿਰਾਲ ਤਮਾਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਤੋਂ ਦੱਸ ਰਹੇ ਹਾਂ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਪੰਜਾਬ ਦੇ ਵਿੱਚ ਲੋਕਡਾਊਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿੱਚ 31 ਮਾਰਚ ਤੱਕ ਇਹ ਲੋਕਡਾਊਨ ਐਲਾਨਿਆ ਗਿਆ ਸਿਰਫ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਜ਼ਰੂਰੀ ਦੁਕਾਨਾਂ ਨੇ ਉਹੀ ਖੁੱਲੀਆਂ ਰਹਿਣਗੀਆਂ ਇਸ ਦੌਰਾਨ ਫਿਰ ਚਾਹੇ ਉਹ ਰਾਸ਼ਨ ਹੋਵੇ ਸਬਜ਼ੀ ਹੋਵੇ ਜਾਂ ਫਿਰ ਦਵਾਈਆਂ ਯਾਨੀ ਕਿ ਜੋ ਰੋਜ਼ਮਰਾ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਸਿਰਫ ਉਹਨਾਂ ਤੱਕ ਹੀ ਲੋਕਾਂ ਦੀ ਪਹੁੰਚ ਹੋਏਗੀ ਇਸ ਤੋਂ ਇਲਾਵਾ ਪਬਲਿਕ ਟਰਾਂਸਪੋਰਟ ਤਮਾਮ ਜੋ ਸਕੂਲ ਕਾਲਜ ਨੇ ਤਮਾਮ ਹੋਰ ਜਗ੍ਹਾਵਾਂ ਨੇ ਜਿੱਥੇ ਲੋਕਾਂ ਦਾ ਇਕੱਠ ਹੋ ਸਕਦਾ ਸੀ ਉਹ ਤਮਾਮ ਜਗ੍ਹਾਵਾਂ ਬੰਦ ਰਹਿਣਗੀਆਂ ਸੂਬੇ ਦੇ ਵਿੱਚ 31 ਮਾਰਚ ਤੱਕ ਦੇ ਲਈ ਇਸ ਲੋਕਡਾਊਨ ਦਾ ਐਲਾਨ ਸੂਬਾ ਸਰਕਾਰ ਨੇ ਕਰ ਦਿੱਤਾ ਤੇ ਹੁਣ ਪੰਜਾਬ ਲਈ ਇਸ ਨੂੰ ਪਾਲਣਾ ਕਰਨਾ ਇਸ ਨੂੰ ਜ਼ਮੀਨੀ ਪੱਧਰ ਤੇ ਕਾਮਯਾਬ ਬਣਾਉਣਾ ਪੰਜਾਬ ਦੇ ਲੋਕਾਂ ਦੇ ਲਈ ਕਾਫੀ ਅਹਿਮ ਹੈ ਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨ ਇੱਕ ਖੁਸ਼ਖਬਰੀ ਲੈ ਕੇ ਆਉਣਗੇ ਇਸ ਜਿੱਤ ਦੀ ਖੁਸ਼ੀ ਲੈ ਕੇ ਆਉਣਗੇ ਜੋ ਇਸ ਕੋਰੋਨਾ ਵਾਇਰਸ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਹੋਏਗੀ।